ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨਨ ਕੀ ਨਾਸਕ ਬਿਘਨਨ ਕੀ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗ
ਬਿਘਨ ਬਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਪਦਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਇੱਕ ਵਾਰੀ ਸਰਬੱਤ ਸੰਗਤ ਕਿਰਪਾ ਕਰਦੇ ਹੋਏ ਰਸਨਾ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਉਸਤਤ ਦੇ ਵਿੱਚ ਗੁਰਬਾਣੀ ਸਾਨੂੰ ਬੜੇ ਪ੍ਰੇਮ ਦੇ ਨਾਲ ਸਮਝਾਉਂਦੀ ਹੈ ਕਿ ਸੱਜਣਾ, ਜੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੰਸਾਰ 'ਚ ਨਾ ਆਉਂਦੇ ਤਾਂ ਲੋਕਾਂ ਨੇ ਰੱਬ ਦੇ ਰਾਹ ਦੀ ਪ੍ਰਾਪਤੀ ਨਹੀਂ ਕਰ ਪਾਉਣੀ ਸੀ। ਦੁਨੀਆਂ ਨੇ ਕਿਸੇ ਹੋਰ ਹੀ ਮਹਾਤਮ ਵਿੱਚ ਕਿਸੇ ਹੋਰ ਹੀ ਰਸਤੇ ਉੱਤੇ ਤੁਰਨਾ ਸੀ, ਜਿਹੜਾ ਸੱਚ ਤੋਂ ਕੋਹਾਂ ਦੂਰ ਹੋਣਾ ਸੀ, ਜਿਹਦਾ ਸੱਚ ਦੇ ਨਾਲ ਰੱਬ ਦੇ ਨਾਲ ਕੋਈ ਵਾਹ ਵਾਸਤਾ ਹੋਣਾ ਹੀ ਨਹੀਂ। ਬਾਣੀ ਉਚਾਰਨ ਕਰਦੀ ਹੋਈ ਪਵਿੱਤਰ ਬਚਨ ਕਰਦੀ ਹੈ, ਜਗ ਔਰ ਨਾ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਦੁਨੀਆਂ ਕਿਸੇ ਹੋਰ ਮਹਾਤਮ 'ਚ ਚਲੇ ਜਾਵੇ, ਦੁਨੀਆਂ ਦਾ ਮਹਾਤਮ ਕੀ ਹੈ? ਪਰਮੇਸ਼ਰ ਦੀ ਪ੍ਰਾਪਤੀ, ਵਾਹਿਗੁਰੂ ਦੀ ਬੰਦਗੀ ਤੇ ਲੋਕ ਲੱਗ ਜਾਣ ਪੁੱਠੇ ਪਾਸੇ, ਹੋਰ ਰਸਤੇ ਤੇ ਦੁਨੀਆਂ ਤੁਰ ਪਵੇ। ਇਸ ਵੱਲੋਂ ਸੰਸਾਰ ਨੂੰ ਰੋਕਣ ਵਾਸਤੇ, ਡੱਕਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਵਤਾਰ ਉਜਾਗਰ ਆਨ ਕੀਓ। ਉਹਨਾਂ ਦਾ ਸੰਸਾਰ ਦੇ ਵਿੱਚ ਅਵਤਾਰ ਹੋਇਆ ਤੇ ਸਤਿਗੁਰੂ ਜੀ ਨੇ ਫਿਰ ਮਹਾਤਮ ਕੀ ਦੱਸਿਆ? ਉਹ ਕੀ ਸੀ? ਵਾਹਿਗੁਰੂ ਦਾ ਸਿਮਰਨ। ਉਹ ਕੀ ਸੀ? ਸੇਵਾ। ਉਹ ਕੀ ਸੀ? ਸਾਧ ਸੰਗਤ। ਤਿੰਨ ਮਹਾਤਮ ਨੇ ਗੁਰੂ ਘਰ ਦੇ ਵਿੱਚ, ਇੱਕ ਹੈ ਸੇਵਾ, ਇੱਕ ਹੈ ਸਿਮਰਨ ਤੇ ਇੱਕ ਹੈ, ਤੀਸਰਾ ਹੈ ਸਾਧ ਸੰਗਤ। ਤਿੰਨਾਂ ਦੀ ਬੜੀ ਮਹਾਨਤਾ ਗੁਰਬਾਣੀ ਦਰਸਾਉਂਦੀ ਹੈ। ਸਿਮਰਨ ਦੇ ਬਾਰੇ ਤੇ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸਿਮਰਨ ਤੋਂ ਬਿਨਾਂ, ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਹੋਰ ਜਿੰਨੇ ਵੀ ਸਾਧਨ ਨੇ ਸਭ ਨਿਸਫਲ ਨੇ, ਫਜ਼ੂਲ ਨੇ। ਜਿਵੇਂ ਕਿਸੇ ਦਵਾਈ ਦੀ ਡੇਟ ਲੰਘ ਜੇ ਨਾ, ਉਤੋਂ ਤੁਸੀਂ ਫਿਰ ਬਹੁਤੀ ਆਸ ਨਹੀਂ ਰੱਖ ਸਕਦੇ ਵੀ ਇਹ ਕਿੰਨਾ ਕੁ ਫਾਇਦਾ ਕਰੇਗੀ, ਨੁਕਸਾਨ ਜ਼ਰੂਰ ਕਰ ਸਕਦੀ। ਇਸੇ ਤਰ੍ਹਾਂ ਜਿਹੜੇ ਪਿਛਲੇ ਸਾਧਨ ਸੀ, ਕੋਈ ਮਾੜੇ ਨਹੀਂ ਸੀ, ਪਰ ਉਹਨਾਂ ਦੀ ਹੁਣ ਡੇਟ ਲੰਘ ਚੁੱਕੀ ਹੈ। ਉਹ ਬੜੇ ਪੁਰਾਣੇ ਤੁਰੇ ਆਉਂਦੇ ਸੀ, ਯੱਗ
ਤਾਪ, ਯੋਗ, ਪ੍ਰਾਣਾਯਾਮ। ਪਰ ਇਸ ਸਮੇਂ ਕਿਹੜਾ ਸਾਧਨ ਮਹਾਨ ਹੈ? ਉਹ ਹੈ ਵਾਹਿਗੁਰੂ ਦਾ ਸਿਮਰਨ। ਤੇ ਯੋਗ ਦੇ ਵੱਡੇ ਮਹਾਰਾਜ ਨੇ ਕਿਹੜਾ ਸਾਧਨ ਦਿੱਤਾ ਹੈ? ਪੁੱਠੇ ਲੜਕਣਾ, ਧੂਣੀਆਂ ਧੋਣੀਆਂ, ਬਰਫ਼ ਦੇ ਵਿੱਚ ਸਰੀਰ ਗਾਲਣਾ, ਬਰਫ਼ ਨੂੰ ਭੰਨ ਕੇ ਪਾਣੀ ਬਣਾ ਕੇ ਇਸ਼ਨਾਨ ਕਰਨਾ, ਇਹ ਜਿੰਨਾ ਸਰੀਰ ਨੂੰ ਦੁੱਖ ਦੇਣਾ ਸੀ ਇਹ ਸਾਰੇ ਮਹਾਰਾਜ ਨੇ ਇਹਨਾਂ ਉੱਪਰ ਲਾਈਨ ਫੇਰ ਕੇ ਕੱਟ ਕੇ ਇਹਦੇ ਵੰਡੇ ਇੱਕ ਸਾਧਨ ਦਿੱਤਾ ਹੈ, ਉਹ ਕੀ? ਗੁਰੂ ਘਰ ਦੀ ਸੇਵਾ। ਜੋੜੇ ਝਾੜੇ, ਝਾੜੂ ਦੇਵੇ, ਚਾਦਰਾ ਵਿਛਾਵੇ, ਹੋਰ ਕੀ ਕਰੇ? ਲੰਗਰ ਦੇ ਵਿੱਚ ਸੇਵਾ ਕਰੇ। ਸੇਵਾ ਤਨ ਮਾਨ ਧਨ ਕਿਸੇ ਵੀ ਸਾਧਨ ਦੁਆਰਾ ਕਰੇ, ਜਿਹੜਾ ਵੀ ਸਾਧਨ ਉਹਦੇ ਕੋਲ ਹੋ। ਤੇ ਤੀਸਰਾ ਮਹਾਤਮ ਕੀ ਹੈ? ਸਾਧ ਸੰਗਤ, ਜਿਹਦੇ ਬਾਰੇ ਗੁਰਬਾਣੀ ਦਾ ਆਪ ਜੀ ਪਵਿੱਤਰ ਸ਼ਬਦ ਸ੍ਰਵਣ ਕਰ ਰਹੇ ਸੀ, ਬਿਨ ਭਾਗਾ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਤਾਂ ਸਤਿਗੁਰੂ ਜੀ ਨੇ ਨਾਮ ਰੂਪੀ ਮਹਾਤਮ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਆਪ ਜੀ ਦੀ ਉਸਤਤ ਵਿੱਚ ਬਾਣੀ ਕਹਿੰਦੀ ਹੈ ਕਿ ਸਤਿਗੁਰੂ ਜੀ ਨੇ ਤਿੰਨ ਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਅੰਮ੍ਰਿਤ ਨਾਮ ਪਿਆਇਆ ਹੈ, ਤੇ ਜਿਨ੍ਹੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੁਆਰਾ ਅੰਮ੍ਰਿਤ ਨਾਮ ਪੀ ਲਿਆ, ਉਹਨਾਂ ਦੇ ਦੁੱਖ ਦਰਿੱਦਰ ਭਾਵੇਂ ਜਿੰਨੇ ਮਰਜ਼ੀ ਸੀ ਗਿਣਤੀ ਦੇ ਵਿੱਚ, ਉਹ ਸਾਰੇ ਖਤਮ ਹੋ ਗਏ, ਸਾਰੇ ਕੱਟੇ ਗਏ। ਇਹ ਪਦਤ ਤੇ ਮਤ ਚੂਕੈ ਹੈ ਰੇ ਮਨ, ਭੇਦ ਵਿਭੇਦ ਨਾ ਜਾਣ ਬੀਓ। ਇਸ ਮੌਕੇ ਤੋਂ ਖੁੰਝਣਾ ਨਹੀਂ ਚਾਹੀਦਾ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਇਹ ਮੌਕਾ ਹੈ, ਇਹ ਤੋਂ ਕਿਤੇ ਖੁੰਝ ਨਾ ਜਾਈ। ਇਹ ਨਾਮ ਜਪਣ ਦੀ ਵਾਰੀ ਹੈ, ਗੋਬਿੰਦ ਜੀ ਨੂੰ ਮਿਲਦੀ ਵਾਰੀ ਹੈ, ਕਿਤੇ ਇਸੇ ਤਰ੍ਹਾਂ ਨਾ ਲੰਘ ਜਾਵੇ, ਬਾਅਦ ਚ ਪਛਤਾਉਣਾ ਪਵੇਗਾ ਬਹੁਤ ਜ਼ਿਆਦਾ। ਪਰ ਤਸ਼ ਹਿਰਦੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਦੇ ਵਿੱਚ ਪ੍ਰਤੱਖ ਵਾਹਿਗੁਰੂ ਪਰਮੇਸ਼ਰ ਬੈਠਾ ਹੈ, ਉਹਨਾਂ ਦੇ ਹਿਰਦੇ ਵਿੱਚ ਸਾਕਸ਼ਾਤ ਕੋਈ ਭੁਲੇਖਾ ਨਹੀਂ, ਕੋਈ ਦੱਸਣ ਦੀ ਲੋੜ ਨਹੀਂ। ਜਿਵੇਂ ਸੂਰਜ ਚੜਿਆ ਹੋਵੇ, ਅਨਾਊਂਸਮੈਂਟ ਨਹੀਂ ਕਰਨੀ ਪੈਂਦੀ ਵੀ ਚੜਿਆ ਵਾ, ਸਭ ਨੂੰ ਪਤਾ, ਦੱਸਣਾ ਨਹੀਂ ਪੈਂਦਾ। ਇਸ ਤਰ੍ਹਾਂ ਪ੍ਰਤੱਖ ਸਾਕਸ਼ਾਤ ਜੇ ਕਿਤੇ ਰੱਬ ਬੈਠਾ ਹੈ, ਪਰਮੇਸ਼ਰ ਬੈਠਾ ਹੈ, ਤੇ ਉਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਦੇ ਵਿੱਚ ਬੈਠਾ ਹੈ। ਇੱਕ ਵਾਰੀ ਵਿਦਿਆਰਥੀਆਂ ਦੇ ਵਿੱਚ ਨਾ ਚਰਚਾ ਚੱਲ ਪਈ, ਚਰਚਾ ਇਸ ਗੱਲ ਦੀ ਚੱਲ ਪਈ ਵੀ ਬਾਣੀ ਕੀ ਆ, ਅਕਾਲ ਪੁਰਖ ਕੀ ਆ, ਤੇ ਗੁਰੂ ਕੀ ਆ। ਸਿਆਣੇ ਵਿਦਿਆਰਥੀਆਂ ਨੇ, ਸਿਆਣੇ ਸੱਜਣਾਂ ਨੇ ਜਵਾਬ ਦਿੱਤਾ ਜੀ,
ਬਾਣੀ ਪਰਮੇਸ਼ਰ ਦਾ ਮੈਸੇਜ ਹੈ, ਸੰਦੇਸ਼ ਹੈ। ਉਹਨਾਂ ਨੇ ਇੱਕ ਤੁਕ ਵੀ ਪੜ੍ਹੀ ਜਿਹੜੀ ਕੀ ਉਚਾਰਨ ਕਰਦੀ ਹੈ, ਦੱਸਦੀ ਹੈ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਜਾਂ ਧੁਰ ਕੀ ਬਾਣੀ ਆਈ, ਮੈਸੇਜ ਹੋ ਗਿਆ ਨਾ। ਤੇ ਇਸ ਬਾਣੀ ਨੂੰ ਲੈ ਕੇ ਕੌਣ ਆਇਆ ਹੈ? ਗੁਰੂ ਸਾਹਿਬ। ਉਹ ਕੀ ਹੋ ਗਏ? ਮੈਸੇਂਜਰ। ਉਹ ਕੀ ਹੋ ਗਏ? ਪੈਗਾਮ ਨੂੰ ਲਿਆਉਣ ਵਾਲੇ ਪੈਗੰਬਰ। ਕਿਸੇ ਸੱਜਣ ਨੇ ਆਖਿਆ ਜੀ, ਨਾਮ ਨਾਲੋਂ ਨਾਮੀ ਵੱਡਾ ਹੁੰਦਾ ਹੈ। ਕਿਸੇ ਸੱਜਣ ਨੇ ਆਖਿਆ ਜੀ, ਨਾਮੀ ਨਾਲੋਂ ਨਾਮ ਵੱਡਾ ਹੁੰਦਾ ਹੈ। ਦੋ ਤਰ੍ਹਾਂ ਦੀ ਵਿਚਾਰਧਾਰਾ। ਅਕਾਲ ਪੁਰਖ ਨਾਮ ਨਾਲੋਂ ਵੀ ਵੱਡਾ ਵਾ ਪਰਮੇਸ਼ਰ। ਦੂਸਰੇ ਵਿਦਿਆਰਥੀ ਸੱਜਣ ਗੁਰਮੁਖ ਪਿਆਰੇ ਮਹਾਂਪੁਰਖ ਨੇ ਖੰਡਨ ਕੀਤਾ, ਨਹੀਂ, ਰੱਬ ਨਾਲੋਂ ਰੱਬ ਦਾ ਨਾਮ ਵੱਡਾ ਹੈ। ਜਿਵੇਂ ਇੱਥੇ ਤੁਸੀਂ ਕਿੰਨੇ ਸੱਜਣ ਬੈਠੇ ਹੋ, ਬਾਹਰ ਤੁਸੀਂ ਖਲੋਤੇ ਹੋ, ਤੇ ਜੇ ਮੈਂ ਕਿਸੇ ਦਾ ਨਾਮ ਲਵਾਂ ਤੇ ਉਹਨੂੰ ਆਵਾਜ਼ ਮਾਰਾਂ, ਫੇਰ ਹੀ ਆਊਗਾ। ਨਾਮ ਨਾਮੀ ਨੂੰ ਖਿੱਚ ਕੇ ਲਿਆਉਂਦਾ। ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬਹੁ ਕੇ ਸੁਨੇ ਪੁਕਾਰ। ਵਾਹਿਗੁਰੂ ਵਾਹਿਗੁਰੂ ਤੂੰ ਕਰੀ ਜਾ, ਜਿਹਦਾ ਨਾਮ ਹੈ ਉਹਨੂੰ ਆਉਣਾ ਪਵੇਗਾ। ਇਸ ਕਰਕੇ ਨਾਮ ਨਾਮੀ ਨਾਲੋਂ ਵੱਡਾ ਹੈ। ਤਾਂ ਮਹਾਂਪੁਰਖ ਉੱਥੇ ਬੈਠੇ ਸੀ, ਪੰਥ ਰਤਨ ਸ਼੍ਰੀਮਾਨ ਬ੍ਰਹਮ ਬੇਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਂ। ਉਹ ਕਹਿੰਦੇ, ਤੁਸੀਂ ਸਾਰੇ ਹੀ ਠੀਕ, ਪਰ ਸਿੱਖ ਦਾ ਵਿਸ਼ਵਾਸ ਇੱਦਾਂ ਦਾ ਚਾਹੀਦਾ ਹੈ ਕਿ ਅਕਾਲ ਪੁਰਖ, ਬਾਣੀ ਤੇ ਗੁਰੂ ਤੇ ਨਾਮ, ਇਹ ਚਾਰੇ ਹੀ ਇੱਕ ਆ, ਇਹ ਚਾਰੇ ਹੀ ਇੱਕ ਆ। ਅਕਾਲ ਪੁਰਖ, ਬਾਣੀ, ਗੁਰੂ ਤੇ ਨਾਮ। ਅੱਜ ਕੱਲ੍ਹ ਕਈ ਵਾਰੀ ਕਿੰਤੂ ਵੀ ਕਈ ਕਰ ਲੈਂਦੇ ਜੀ, ਬਾਣੀ ਨਾਲੋਂ ਨਾਮ ਜ਼ਿਆਦਾ ਜਪਣਾ ਚਾਹੀਦਾ। ਇੱਕ ਹੁੰਦਾ ਵਾ ਗਿਆਨ, ਇੱਕ ਹੁੰਦੀ ਭਗਤੀ। ਜਦੋਂ ਚੀਜ਼ ਦੁਬਾਰਾ ਦੁਬਾਰਾ ਰਿਪੀਟ ਕਰੀਏ, ਉਹ ਭਗਤੀ ਬਣ ਜਾਂਦੀ, ਉਹ ਨਾਮ ਬਣ ਜਾਂਦਾ। ਤੇ ਜੇ ਸੋਝੀ ਪ੍ਰਾਪਤ ਕਰਨੀ ਹੋਵੇ, ਫਿਰ ਤੁਸੀਂ ਦੋ ਸ਼ਬਦ ਪੜ੍ਹ ਕੇ ਵੀ ਗੁਜ਼ਾਰਾ ਕਰ ਸਕਦੇ, ਵੀ ਇਹਦੇ ਚ ਆ ਕਿਹਾ ਮਹਾਰਾਜ ਨੇ, ਜਿਵੇਂ ਕਥਾਵਾਚਕ ਕਰਦੇ, ਸਮਝ ਕੇ ਪਾਠ ਕਰ ਲਿਆ। ਪਰ ਜੇ ਤੁਸੀਂ ਮਨ ਟਿਕਾਉਣਾ, ਤਾਂ ਫਿਰ ਜਪਜੀ ਸਾਹਿਬ ਨੂੰ ਵੀ ਨਾਮ ਬਣਾਓ। ਵਾਰੀ ਵਾਰੀ ਜਪਜੀ ਸਾਹਿਬ ਪੜ੍ਹਦਾ ਪਊਗਾ, ਪੰਜ ਪਾਠ ਕਰਨੇ ਪੈਣਗੇ, 11 ਪਾਠ ਕਰਨੇ, ਵਾਰੀ ਵਾਰੀ ਰਿਪੀਟ ਕਰਨਾ ਪਊਗਾ, ਉਹ ਨਾਮ ਹੋ ਜਾਂਦਾ। ਇੱਕ ਵਾਰੀ ਪੜ੍ਹਨਾ ਤੇ ਅਰਥਾਂ ਦੀ ਸੋਝੀ ਲੈ ਲਈ, ਉਹ ਗਿਆਨ ਹੋ ਜਾਂਦਾ ਹੈ। ਤੇ ਵਾਰੀ ਵਾਰੀ ਰਿਪੀਟ ਕਰਨਾ, ਉਹਨੂੰ ਭਗਤੀ ਕਿਹਾ ਜਾਂਦਾ। ਤੇ ਭਗਤੀ ਕੀ ਕਰਦੀ? ਚਿੱਤ ਨੂੰ, ਮਨ ਨੂੰ ਸ਼ਾਂਤ ਤੇ ਸ਼ੁੱਧ ਕਰਦੀ, ਟਿਕਾਉਂਦੀ। ਇਸ ਕਰਕੇ ਕਈ ਮਹਾਂਪੁਰਖ ਬਾਣੀ ਨੂੰ ਨਾਮ ਬਣਾ ਕੇ ਜਪਦੇ ਰਹੇ, ਜਿਵੇਂ ਭਿੰਡਰਾਂ ਵਾਲੇ ਮਹਾਂਪੁਰਖ 100 ਪਾਠ, 125 ਪਾਠ, 51 ਪਾਠ ਜਪਜੀ ਸਾਹਿਬ ਦੇ ਕਰਦੇ ਰਹੇ। ਜਿਵੇਂ ਅਮਰ ਸ਼ਹੀਦ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ, 125 ਪਾਠ ਜਪਜੀ ਸਾਹਿਬ ਦਾ, ਉਹਨਾਂ ਜਪਜੀ ਸਾਹਿਬ ਨੂੰ ਨਾਮ ਬਣਾਇਆ।
ਦੁਹਰਾਇਆ ਦੁਬਾਰਾ ਦੁਬਾਰਾ। ਤਾਂ ਜਿਹੜੀ ਚੀਜ਼ ਦੁਬਾਰਾ ਦੁਬਾਰਾ ਰਿਪੀਟ ਹੋਵੇ ਉਹ ਹੋਗੀ ਭਗਤੀ, ਤੇ ਜਿਹਦੇ ਵਿੱਚੋਂ ਸੋਝੀ ਲੈ ਲਈ ਤੇ ਬਸ ਮੇਰੇ ਭਾਈ ਤੁਰ ਪਿਆ, ਉਹ ਕੀ ਹੋ ਗਿਆ? ਗਿਆਨ। ਪਰ ਗਿਆਨ ਕਿਸੇ ਨੂੰ ਮੁਕਤ ਨਹੀਂ ਨਾ ਕਰਦਾ, ਕਰਦੀ ਤੇ ਭਗਤੀ ਆ, ਬੰਦਗੀ ਮੁਕਤ ਕਰੂਗੀ ਜੇ ਕੋਈ ਕਮਾਈ ਕਰੂਗਾ ਇਹਦੇ। ਤਾਂ ਇਸ ਕਰਕੇ ਮਹਾਂਪੁਰ ਕਹਿਣ ਲੱਗੇ ਤੁਹਾਡੇ ਪ੍ਰਮਾਣ ਦ੍ਰਿਸ਼ਟਾਂਤ ਬਿਲਕੁਲ ਠੀਕ ਆ, ਪਰ ਸਿੱਖ ਦਾ ਨਿਸ਼ਚਾ ਇੱਥੇ ਚਾਹੀਦਾ ਹੈ ਕਿ ਅਕਾਲ ਪੁਰਖ, ਗੁਰੂ ਸਾਹਿਬ ਤੇ ਗੁਰਬਾਣੀ ਤੇ ਚੌਥਾ ਹੋ ਗਿਆ ਨਾਮ, ਇਹਨਾਂ ਚ ਰੱਤੀ ਮਾਤਰ ਭੇਦ ਨਹੀਂ ਆ, ਤੇਰੀ ਸੋਚਣੀ ਚ ਭੇਦ ਆ, ਰੱਤੀ ਮਾਤਰ ਭੇਦ ਨਹੀਂ। ਗੁਰ ਗੋਬਿੰਦ, ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਇਸੇ ਤਰ੍ਹਾਂ ਉਹਨਾਂ ਨੇ ਵੱਖ ਵੱਖ ਬਾਣੀ ਦੇ ਪ੍ਰਮਾਣ ਦੇ ਕੇ ਇਹ ਗੱਲ ਸਿੱਧ ਕੀਤੀ ਵੀ ਇਹਨਾਂ ਚਾਰਾਂ ਚੀਜ਼ਾਂ ਚ ਫਰਕ ਨਹੀਂ ਮੰਨਣਾ ਚਾਹੀਦਾ। ਤਾਂ ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਨਤਾ ਬਾਣੀ ਨੇ ਲਿਖੀ ਹੈ ਵੀ ਜੇ ਤੂੰ ਰੱਬ ਦੇਖਣਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਦੇ, ਜੇ ਤੂੰ ਰੱਬ ਦੇਖਣਾ ਹੈ ਤੇ ਗੁਰਬਾਣੀ ਦੇਖ, ਜੇ ਤੂੰ ਪੁੱਛੇ ਵੀ ਰੱਬ ਕਿੱਥੇ ਰਹਿੰਦਾ, ਗੁਰੂ ਅਰਜਨ ਦੇਵ ਸਾਹਿਬ ਦਾ ਹਿਰਦਾ ਦੇ, ਰੱਬ ਕਿੱਥੇ ਰਹਿੰਦਾ ਗੁਰਬਾਣੀ ਦੇ, ਰੱਬ ਕਿੱਥੇ ਰਹਿੰਦਾ ਤੇ ਫਿਰ ਵਾਹਿਗੁਰੂ ਦਾ ਨਾਮ ਦੇ, ਨਾਮ ਦੇ ਵਿੱਚ ਬੈਠਾ ਹੈ ਜਿਹੜਾ ਜਪੇਗਾ ਉਹਨੂੰ ਮਿਲ ਜਾਵੇਗਾ, ਉਹਨੂੰ ਪ੍ਰਗਟ ਹੋ ਕੇ ਮਿਲੇਗਾ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗ੍ਰਿਸਤ ਧਰਮ ਦੀ ਮਹਾਨਤਾ ਦੱਸ ਰਹੇ ਹਨ ਗਰੀਬ ਨਿਵਾਜ। ਭਗਤ ਛੱਜੂ ਜੀ ਗ੍ਰਿਸਤ ਧਰਮ ਦੀ ਔਰ ਜਿਹੜੀ ਕਮਜ਼ੋਰੀ ਹੈ ਬੰਦੇ ਦੀ ਉਹਦੇ ਕਰਕੇ ਉਹਨਾਂ ਨੇ ਇਹ ਵਚਨ ਕੀਤਾ ਵੀ ਕਾਗਦ ਸੰਧੀ ਪੂਤਲੀ ਤਉ ਨਾ ਤ੍ਰਿਆ ਨਿਹਾਰ ਯੋਂ ਹੀ ਮਾਰ ਲਜਾਵਹੀ ਜਥਾ ਬਲੋਚਨ ਧਾੜ। ਤਾਂ ਸਤਿਗੁਰੂ ਜੀ ਨੇ ਫਿਰ ਗ੍ਰਿਸਤ ਧਰਮ ਦੀ ਮਹਾਨਤਾ ਦੱਸੀ ਕਿ ਗ੍ਰਿਸਤ ਧਰਮ ਦੇ ਵਿੱਚ ਰਹਿ ਕੇ ਸਿਮਰਨ ਕਰਨਾ, ਕਿਰਤ ਕਰਕੇ ਸੇਵਾ ਕਰਨੀ, ਭਾਉ ਭਗਤੀ ਦੇ ਨਾਲ ਫਿਰ ਗ੍ਰਿਸਤੀ ਤਰ ਜਾਂਦਾ ਹੈ ਤੇ ਨਾਮ ਦਾ ਰੰਗ ਉਹਨੂੰ ਚੜ ਜਾਂਦਾ ਹੈ। ਇਸ ਤੋਂ ਅੱਗੇ ਫਿਰ ਸੱਚੇ ਪਾਤਸ਼ਾਹ ਇੱਕ ਉਦਾਹਰਣ ਸੁਣਾਉਂਦੇ ਨੇ ਭਗਤ ਛੱਜੂ ਜੀ ਨੂੰ, ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੀਏ ਜੀ। ਗ੍ਰਹਿਸਥ ਬਿਨਾ ਨਹਿ ਅਪਰ ਯਤਨ ਅਬ ਬਨ ਮੈਂ ਸ਼ੁਧਿਤ ਰਹਿਓ ਨਹਿ ਜਾਏ। ਹੁਣ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਟਾਈਮ ਆ ਗਿਆ ਵੀ ਗ੍ਰਿਸਤ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ ਆ ਜਿਹਦੇ ਕਰਕੇ ਬੰਦੇ ਦਾ ਜੀਵਨ ਬਚਿਆ ਰਹੇ, ਤੇ ਅੱਜ ਕੱਲ ਤੇ ਇਹੋ ਜਿਹਾ ਮਾੜਾ ਸਮਾਂ ਆ ਗਿਆ ਵੀ ਗ੍ਰਿਸਤ ਵੀ ਮੇਰੇ ਖਿਆਲ ਨਾਲ ਰੱਬ ਹੀ ਬਚਾ ਜੇ, ਨਹੀਂ ਤੇ ਇਹੋ ਜਿਹੇ ਵੀ ਵਿਚਾਰ ਫਿਲੋਸਫਰ ਕਥਾ ਕਰਕੇ ਖੁਸ਼ ਕਰ ਰਹੇ ਦੁਨੀਆਂ ਨੂੰ ਵੀ ਵਿਆਹ ਸਭ ਤੋਂ ਮਾੜੀ ਰਸਮ ਆ ਦੁਨੀਆਂ ਦੀ, ਕਿਉਂ ਜਿਹੋ ਜਿਹੇ ਸ਼ਰੋਤੇ ਹੋਣ ਉਹ ਸੁਣਨ ਵਾਲੇ ਗੋਰੇ ਸੀ ਉਹ ਨਹੀਂ ਕਰਾ ਕੇ ਰਾਜੀ, ਇਸ ਕਰਕੇ ਉਦਾਂ ਦੀ ਕਥਾ ਕਰੀ ਜਾਂਦੇ। ਗ੍ਰਿਸਤ ਹੀ ਇੱਕ ਯਤਨ ਹੈ ਜਿਹੜਾ ਕਿ ਬੰਦੇ ਦੇ ਜੀਵਨ ਨੂੰ ਬਚਾ ਸਕਦਾ ਹੈ,
ਤੇ ਜੇ ਅੱਜ ਕੱਲ ਕੋਈ ਕਵੇ ਨਾ ਵੀ ਮੈਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਮੈਂ ਜੰਗਲ ਦੇ ਵਿੱਚ ਜਾ ਕੇ ਭੁੱਖਾ ਰਹੂੰਗਾ, ਨੰਗਾ ਰਹੂੰਗਾ, ਦੁਨੀਆਂ ਦੇ ਮੱਥੇ ਨਾ ਲੱਗੂੰਗਾ, ਅੱਜ ਕੱਲ ਕਹਿੰਦੇ ਇਹੋ ਜਿਹੇ ਯਤਨ ਨਹੀਂ ਹੋ ਸਕਦੇ ਕਿਸੇ ਕੋਲੋਂ। ਨਗਰ ਨਿਕਟ ਜਬ ਰਹਿਣ ਲੱਗੇ ਇਹੋ ਨਰ ਨਾਰੀ ਮਿਲ ਹੈ ਸਮੁਦਾਏ। ਤਾਂ ਕਹਿੰਦੇ ਜੇ ਰੋਟੀ ਦੀ ਭੁੱਖ ਲੱਗੀ ਉਦੋਂ ਤੇ ਇਹਦਾ ਮਤਲਬ ਉਹ ਨਗਰ ਦੇ ਨਿਕਟ ਹੀ ਰਹੂਗਾ ਨਾ ਨੇੜੇ ਰਹੂਗਾ, ਵੀ ਤਪਸਵੀ ਹੈ। ਜਦੋਂ ਉਹਨੂੰ ਭੁੱਖ ਲੱਗੇਗੀ ਨਗਰ ਚ ਜਾਣਾ ਪਵੇਗਾ, ਨਗਰ ਦੇ ਲਾਗੇ ਉਹ ਕਿਤੇ ਜੰਗਲ ਚ ਪਵੇਗਾ ਵੀ ਜਿੱਥੋਂ ਨੇੜੇ ਹੋਵੇ ਤੁਰ ਕੇ ਚਲਿਆ ਜਾਵੇ। ਤੇ ਜਦੋਂ ਉਹ ਫਿਰ ਨਗਰ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡ ਵਿੱਚ ਰੋਟੀ ਮੰਗਣ ਵਾਸਤੇ ਜਾਵੇਗਾ ਤੇ ਉਦੋਂ ਨਾ ਇਸਤਰੀਆਂ ਉਹਦੀਆਂ ਨਿਗਾਹ ਚ ਪੈਣਗੀਆਂ, ਜਿਹੜੇ ਘਰਾਂ ਦੇ ਦਰਵਾਜ਼ੇ ਖੜਕਾਵੇਗਾ ਉੱਥੇ ਵੀ ਤੇ ਮੱਥੇ ਹੀ ਲੱਗਣਗੀਆਂ। ਤੇ ਜਦੋਂ ਉੱਥੇ ਮੱਥੇ ਲੱਗਣਗੀਆਂ ਉਹਦੇ ਪ੍ਰਸ਼ਾਦਾ ਮੰਗਣ ਗਏ ਦੇ ਮਿਲੇ ਵਿੱਚ ਮਨ ਨਹਿ ਬੇਕਾਰ ਹੋਏ ਅਸ ਬਿਰਲੋ ਜਗਮ ਹੈ ਕੋ ਆਏ। ਉਹਨਾਂ ਨੂੰ ਵੇਖ ਕੇ ਉਸ ਤਪਸਵੀ ਦੇ ਮਨ ਦੇ ਵਿੱਚ ਵਿਕਾਰ ਨਾ ਪੈਦਾ ਹੋਵੇ, ਇਹੋ ਜਿਹਾ ਤੇ ਕਾਲੀਯੁਗ ਚ ਕੋਈ ਵਿਰਲਾ ਹੀ ਜੰਮੂਗਾ, ਇਹੋ ਜਿਹਾ ਤੇ ਕਾਲੀਯੁਗ ਵਿੱਚ ਕੋਈ ਵਿਰਲਾ ਸਾਧ ਹੋਊਗਾ, ਕੋਈ ਕਰੋੜਾਂ ਲੱਖਾਂ ਦੇ ਵਿੱਚੋਂ ਇੱਕ ਅੱਧਾ ਹੋਊਗਾ ਜਿਹਦੀ ਨਿਗਾਹ ਦੇ ਵਿੱਚ ਇਸਤਰੀ ਪੁਰਖ ਦਾ ਭੇਦ ਹੀ ਨਹੀਂ ਹੋਊਗਾ, ਉਹਦੀ ਨਿਗਾਹ ਚ ਨਾ ਕੋਈ ਇਸਤਰੀ ਆ ਤੇ ਨਾ ਕੋਈ ਪੁਰਸ਼, ਤੇ ਜਿਹਦੀ ਨਿਗਾਹ ਚ ਇਹ ਭੇਦ ਹੈਗਾ ਵੀ ਆਹ ਇਸਤਰੀ ਆ ਆਹ ਪੁਰਸ਼ ਆ, ਉਹਦੇ ਅੰਦਰ ਵਿਕਾਰ ਜ਼ਰੂਰ ਪੈਦਾ ਹੋਊਗਾ। ਇਸ ਕਰਕੇ 90% ਕੀ 99% 1% ਕੋਈ ਇੱਕ ਅੱਧਾ ਕੋਈ ਉਹ ਵੀ ਰੱਬ ਦੀ ਕਿਰਪਾ ਹੋਵੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਇਹੋ ਜਿਹਾ ਕੋਈ ਗੁਰਮੁਖ ਹੋਵੇ ਮਹਾਂਪੁਰਖ ਹੋਵੇ ਤੇ ਵੱਖਰੀ ਗੱਲ ਹੈ, ਨਹੀਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਇੱਕ ਸਾਧੂ ਦਾ ਜ਼ਿਕਰ ਕੀਤਾ ਜਿਹਦਾ ਨਾਮ ਆਉਂਦਾ ਸ੍ਰਿੰਗੀ, ਜਿਹਦੇ ਪਿਤਾ ਨੇ ਉਹਨੂੰ ਵੀ ਇਹਦੇ ਉੱਤੇ ਦੁਨੀਆਂ ਦਾ ਅਸਰ ਨਾ ਪਵੇ, ਵਿਕਾਰਾਂ ਦਾ ਅਸਰ ਨਾ ਪਵੇ, ਉਹਨੇ ਦੁਨੀਆਂ ਤੋਂ ਪਾਸੇ ਕਰਕੇ ਜੰਗਲਾਂ ਵਿੱਚ ਪਾਲਿਆ, ਦਸਵੇਂ ਪਾਤਸ਼ਾਹ ਲਿਖਦੇ। ਤੇ ਉਹਦੇ ਮੱਥੇ ਔਰਤ ਹੀ ਨਹੀਂ ਉਹਨੇ ਲੱਗਣ ਦਿੱਤੀ, ਉਹਨੂੰ ਪਤਾ ਹੀ ਨਹੀਂ ਸੀ ਵੀ ਬੰਦਾ ਕੌਣ ਹੁੰਦਾ ਹੈ ਤੇ ਔਰਤ ਕੌਣ ਹੁੰਦੀ, ਉਹਨੇ ਸਾਰੀ ਉਮਰ ਔਰਤ ਹੀ ਨਹੀਂ ਵੇਖੀ, ਏਡਾ ਤਪੱਸਵੀ। ਉਹਦੇ ਪਿਓ ਨੇ ਮੱਥੇ ਹੀ ਨਹੀਂ ਲੱਗਣ ਦਿੱਤੀ ਵੀ ਮੈਂ ਏਡਾ ਤਗੜਾ ਇਹਨੂੰ ਸਾਧ ਬਣਾਉਣਾ। ਪਰ ਜਿੱਦਣ ਰਾਜੇ ਨੇ ਇੱਕ ਵੇਸਵਾ ਭੇਜੀ ਤੇ ਉਹਨੇ ਲਾ ਕੇ ਹਾਰ ਸ਼ਿੰਗਾਰ ਜਦੋਂ ਉਹਦੇ ਸਾਹਮਣੇ ਗਈ ਤੇ ਇਹੋ ਜਿਹਾ ਮੋਹਿਤ ਹੋਇਆ ਸੀ, ਬਿਨਾਂ ਵਿਆਹ ਤੋਂ ਹੀ ਕੁਸੰਗਤ ਚ ਫਸਿਆ ਸੀ। ਜਿਵੇਂ ਅੱਜ ਕੱਲ੍ਹ ਇੱਥੇ ਵੀ ਬਾਹਰਲੇ ਦੇਸ਼ਾਂ ਚ ਵੀ ਕਲਚਰ ਜਿਹਾ ਬਣਦਾ ਜਾਂਦਾ ਨਾ, ਬਿਨਾਂ ਵਿਆਹ ਤੋਂ ਹੀ ਰਹੀ ਜਾਂਦੇ। ਕਹਿੰਦੇ ਜੀ, ਮੈਂ ਪੁੱਛਿਆ ਕੀ ਕਹਿੰਦੇ, ਕਹਿੰਦੇ ਲਿਵਿੰਗ ਰਿਲੇਸ਼ਨ, ਲਿਵਿੰਗ ਰਿਲੇਸ਼ਨ। ਇਹ ਸਾਡੇ ਨਹੀਂ ਆ ਲਿਵਿੰਗ ਰਿਲੇਸ਼ਨ, ਸਾਡੀ ਗੁਰਬਾਣੀ ਪਤਾ ਕੀ ਕਹਿੰਦੀ ਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਵੈਸੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਨਾ ਅੱਜ ਤੋਂ 500 ਸਾਲ ਪਹਿਲਾਂ ਇੱਕ ਗੱਲ ਕਹੀ ਸੀ, ਕਾਜੀਆਂ ਬਾਂਬਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇਲਾ ਲੋ। ਕਾਜੀ ਹੋ ਗਏ ਮੁਸਲਮਾਨਾਂ ਦੇ ਵਿਆਹ ਕਰਾਉਣ ਵਾਲੇ,
ਤੇ ਬ੍ਰਾਹਮਣ ਹੋ ਗਏ ਹਿੰਦੂਆਂ ਚ ਵਿਆਹ ਕਰਾਉਣ ਵਾਲੇ। ਧਰਮ ਦੀ ਜਗ੍ਹਾ ਉੱਤੇ ਵਿਆਹ ਨਹੀਂ ਹੋਣਗੇ, ਬਿਨਾਂ ਵਿਆਹ ਤੋਂ ਦੁਨੀਆਂ ਰਿਹਾ ਕਰੂਗੀ, ਸ਼ੈਤਾਨ ਇਹਨਾਂ ਦੇ ਵਿਆਹ ਕਰਿਆ ਕਰੂਗਾ, ਕਾਲੀਯੁੱਗ ਇਹਨਾਂ ਦੇ ਵਿਆਹ ਕਰੂਗਾ। ਅੱਜ ਤੋਂ 500 ਸਾਲ ਪਹਿਲਾਂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਕਾਜੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵਿਹਲਾ ਲੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਦਸਵੇਂ ਪਾਤਸ਼ਾਹ ਵੀ ਇਹੋ ਜਿਹਾ ਉਹਨਾਂ ਸੰਤਾਂ ਦਾ ਜੀਵਨ ਬਕਾਰੀ ਹੋਇਆ ਕਿ ਬਿਨਾਂ ਵਿਆਹ ਤੋਂ ਹੀ ਉਹਦੇ ਨਾਲ ਰਹੇ ਸੀ, ਇਹੋ ਜਿਹਾ ਜੀਵਨ ਉਹਨਾਂ ਨੇ ਆਪਣਾ ਖਰਾਬ ਕੀਤਾ ਸੀ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਬਹੁਤ ਵਿਰਲਾ ਹੀ ਹੋਊਗਾ ਵੀ ਜਿਹਦੇ ਮਨ ਤੇ ਅਸਰ ਨਾ ਪਵੇ। ਹੋਏ ਨੇ ਏਡੀ ਗੱਲ ਨਹੀਂ ਪਰ ਬਹੁਤ ਘੱਟ। ਕਬੀਰ ਸਾਹਿਬ ਦਾ ਇੱਕ ਸ਼ਬਦ ਚੇਤੇ ਰੱਖਣਾ ਚਾਹੀਦਾ ਹੈ, ਮੈਂ ਮਾਫ਼ੀ ਮੰਗਾਂ ਮੇਰੇ ਤੋਂ ਅਸ਼ੁੱਧ ਨਾ ਬੋਲਿਆ ਜਾਵੇ, ਤੇਰਾ ਜਨ ਏਕ ਆਦ ਹੈ ਕੋਈ, ਇੱਕ ਜਾਂ ਅੱਧਾ ਡੇਢ ਹੋ ਗਿਆ ਬਸ, ਇੱਕ ਤੇ ਹੋ ਗਿਆ ਪੂਰਾ ਬ੍ਰਹਮ ਗਿਆਨੀ, ਅੱਧਾ ਹੋ ਗਿਆ ਜਿਹੜਾ ਸੰਗਤ ਚ ਬਹਿੰਦਾ ਜਗਿਆਸੂ, ਅੱਧਾ ਕਿਉਂ ਕਿਆ ਉਹਨੂੰ ਅਜੇ ਰੱਬ ਨਹੀਂ ਨਾ ਮਿਲਿਆ, ਅੱਧਾ ਹਿੱਸਾ ਉਹਦਾ ਪਿਆ। ਤੇਰਾ ਜਨ ਏਕ ਆਦ ਹੈ ਕੋਈ, ਕਾਮ ਕ੍ਰੋਧ ਲੋਭ ਮੋਹ ਬਿਵਰਜਤ, ਹਰ ਪਦ ਚੀਨੈ ਸੋਈ। ਜਿਹੜਾ ਕਾਮ ਕ੍ਰੋਧ ਤੋਂ ਬਚਿਆ ਹੋਵੇ, ਲੋਭ ਮੋਹ ਤੋਂ ਬਚਿਆ ਹੋਵੇ ਤੇ ਰੱਬ ਨੂੰ ਪਾ ਲਵੇ, ਸਿਰਫ ਡੇਢ ਕਹਿੰਦੇ ਡੇਢ ਸਾਰੀ ਦੁਨੀਆ ਚ, ਅੱਜ ਕਿੰਨੀ ਗਿਣਤੀ ਆ ਦੁਨੀਆ, 100 ਕਰੋੜ ਤੋਂ ਵੱਧ ਤੇ ਹਿੰਦੁਸਤਾਨ ਚ ਹੀ ਇਕੱਲੇ ਬੈਠੇ। ਇੱਧਰ ਚਾਈਨਾ ਵਿੱਚ ਵੇਖੋ, ਜਪਾਨ ਵਿੱਚ ਦੇਖੋ, ਕੋਈ 6-7 ਅਰਬ ਦੇ ਲਾਗੇ ਦੁਨੀਆ ਦੀ ਗਿਣਤੀ ਚਲੇ ਗਈ। ਸਾਰੀ ਦੁਨੀਆ ਚ ਕਹਿੰਦੇ ਵਕਾਰਾਂ ਤੋਂ ਸਿਰਫ 1.5%, ਮੈਨੇ 1.5 ਬੰਦਾ ਹੀ ਬਚੇਗਾ, ਇੱਕ ਤੇ ਪੂਰਾ ਬ੍ਰਹਮ ਗਿਆਨੀ, ਅੱਧਾ ਜਿਹੜਾ ਸੰਗਤ ਚ ਬਹਿੰਦਾ, ਸੰਗਤ ਚ ਜਾ ਕੇ ਬਹਿ ਜਾਂਦਾ ਜਗਿਆਸੂ ਗੁਰੂ ਕਾ ਪਿਆਰ। ਤਾਂ ਕਈ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਨਿਗਾਹ ਏਦਾਂ ਦੀ ਪਵਿੱਤਰ ਫਿਰ ਬਣ ਗਈ ਕਿ ਸਾਧ ਸੰਗਤ ਜੀ ਉਹਨਾਂ ਦੇ ਮਨ ਵਿੱਚੋਂ ਫਿਰ ਇਹ ਦ੍ਰਿਸ਼ਟੀ ਨਿਕਲ ਗਈ ਨਾ, ਉਹਦੀ ਨਿਗਾਹ ਚ ਹੀ ਨਹੀਂ ਰਹਿ ਗਿਆ ਵੀ ਇਹ ਬੰਦਾ ਹੈ ਕਿ ਇਸਤਰੀ ਹੈ, ਨਿਕਲ ਗਈ। ਇੱਕ ਨਾ ਸੰਤ ਹੋਏ ਨੇ ਗੁਰੂ ਕੇ ਪਿਆਰੇ ਭਾਈ ਕਨਈਆ ਸਾਹਿਬ ਦੇ, ਜਿਹੜਾ ਮਿਸ਼ਨ ਸੀ ਨਾ ਉਹਨੂੰ ਅੱਗੇ ਤੋਰਦੇ ਸੀ, ਸੇਵਾ ਕਰਦੇ ਹੁੰਦੇ ਸੀ ਗਰੀਬਾਂ ਦੀ। ਇੱਥੇ ਜਲੰਧਰ ਦੇ ਲਾਗੇ ਤੁਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹੋਵੇਗੇ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿੱਥੇ 9ਵੇਂ ਪਾਤਸ਼ਾਹ ਦੀ ਸ਼ਾਦੀ ਹੋਈ ਬਾਬਾ ਸ੍ਰੀ ਚੰਦ ਸਾਹਿਬ ਜੀ ਦੀਆਂ, ਔਰ ਪਤਾ ਨਹੀਂ ਕਿੰਨਾ ਕੁ ਕੁਛ, ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿੱਥੇ ਪਿਆ ਸੋਢੀਆਂ ਕੋਲੇ ਕਰਤਾਰਪੁਰ ਸਾਹਿਬ ਜਲੰਧਰ, ਬੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਉੱਥੇ ਪਈਆਂ ਉਹਨਾਂ ਕੋਲ। ਇੱਥੇ ਇੱਕ ਨਾ ਧਰਮਸ਼ਾਲਾ ਬਣਾਈ ਸੀ ਭਾਈ ਅੱਡਣ ਸਾਹਿਬ ਦੇ ਹੁਕਮ ਚ, ਉਹਨਾਂ ਸੰਤਾਂ ਦਾ ਨਾਂ ਮੈਨੂੰ, ਮੈਂ ਭੁਲੇਖੇ ਨਾਲ ਸ਼ਾਇਦ ਹੋਰ ਵੀ ਲੈ ਸਕਦਾ, ਉਹਨਾਂ ਸੰਤਾਂ ਦਾ ਨਾਂ ਸੀ ਭਾਈ ਰੰਗੀ ਰਾਮ, ਰੱਬ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਸੱਜਣ, ਰੰਗੀ ਰਾਮ ਆਤਮਾ ਉਹਨਾਂ ਦਾ ਪਵਿੱਤਰ ਨਾਮ ਸੀ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ।
ਜਿਨ੍ਹਾਂ ਦੀ ਆਤਮਾ ਰੰਗੀ ਹੋਈ ਹੈ ਨਾ, ਚੋਲਾ ਰੰਗਿਆ, ਇੱਥੇ ਬਾਹਰਲੇ ਚੋਲੇ ਦੀ ਗੱਲ ਨਹੀਂ, ਬਾਹਰਲੇ ਕੱਪੜੇ ਦੀ ਗੱਲ ਨਹੀਂ, ਇੱਥੇ ਮੈਨੇ ਮਨ ਰੰਗਿਆ, ਜਿਹਦਾ ਮਨ ਰੰਗਿਆ ਹੋਇਆ ਰੱਬ ਤੇ ਉਹਦੇ ਕੋਲੇ ਆਵੇ, ਤੇ ਜੇ ਕਿਤੇ ਉਹਦੀ ਧੂੜ ਮੈਨੂੰ ਮਿਲ ਜੇ। ਇਹ ਮਹਾਰਾਜ ਕਹਿੰਦੇ ਸਾਡੀ ਨਾਨਕ ਕੀ ਅਰਦਾਸ, ਇਹ ਅਰਦਾਸ ਹੈ ਵੀ ਰੱਬ ਦੇ ਪਿਆਰਿਆਂ ਦੀ ਧੂੜ ਮਿਲੇ ਸਾਨੂੰ। ਹੁਣ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਮਹਾਂਪੁਰਸ਼ ਹੁੰਦੇ ਨਾ, ਇਹਨਾਂ ਦੀ ਨਿਗਾਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਵਿੱਤਰ ਪਾਕ ਹੋ ਜਾਂਦੀ। ਇਹਨਾਂ ਦੀ ਨਿਗਾਹ ਵਿੱਚ ਇਸਤਰੀ ਤੱਤ ਪੁਰਖ ਤੱਤ ਖਤਮ ਹੋ ਜਾਂਦਾ। ਇਹ ਤਾਂ ਬੜੀ ਮੁਸ਼ਕਿਲ ਗੱਲ ਹੈ। ਇਹ ਜੇ ਬੰਦਿਆਂ ਚ ਬੈਠੇ ਤੇ ਬੰਦਿਆਂ ਅਰਗੇ ਹੋ ਜਾਂਦੇ, ਤੇ ਜੇ ਬੀਬੀਆਂ ਚ ਬੈਠੇ ਇਹਨਾਂ ਨੂੰ ਇਹ ਵੀ ਚੇਤਾ ਨਹੀਂ ਹੁੰਦਾ ਵੀ ਬੀਬੀਆਂ ਚ ਬੈਠੇ ਕੋਈ ਮਨ ਤੇ ਇਹਨਾਂ ਦੇ ਅਸਰ ਨਹੀਂ ਹੁੰਦਾ, ਜੇ ਬੱਚਿਆਂ ਚ ਬੈਠੇ ਹੋਣ ਤੇ ਬੱਚਿਆਂ ਅਰਗੇ ਹੋ ਜਾਂਦੇ। ਤਾਂ ਭਾਈ ਸਾਹਿਬ ਤੁਰੇ ਜਾਂਦੇ ਸੀ ਤੇ ਇੱਕ ਸੇਠ ਸ਼ਰਧਾਲੂ ਸੀ ਭਾਈ ਅੱਡਣ ਸਾਹਿਬ ਜੀ ਦਾ, ਉਹਨੇ ਵੇਖਿਆ ਵੀ ਭਾਈ ਅੱਡਣ ਸਾਹਿਬ ਦਾ ਸਿੱਖ ਤੁਰਿਆ ਜਾਂਦਾ ਹੈ, ਉਹ ਟਾਂਗੇ ਤੇ ਤੁਰਿਆ ਜਾਂਦਾ ਸੀ। ਤਾਂ ਪਿੱਛੇ ਬੀਬੀਆਂ ਬੈਠੀਆਂ ਤੇ ਜਗ੍ਹਾ ਹੈ ਨਹੀਂ ਅੱਗੇ ਵੀ, ਤੇ ਪਰ ਫੇਰ ਵੀ ਉਹਦੇ ਮਨ ਚ ਆਈ ਵੀ ਸੰਤ ਤੁਰੇ ਜਾਂਦੇ ਆ ਤਾਂ ਮੈਂ ਉਹਨਾਂ ਨੂੰ ਸੁਲਾ ਮਾਰਾਂ, ਟਾਂਗੇ ਤੇ ਬਿਠਾਵਾਂ। ਤਾਂ ਕਹਿੰਦਾ ਸੰਤ ਜੀ ਬਹਿ ਜਾਓ। ਉਹਨਾਂ ਆਖਿਆ, ਦੋ ਸਾਧੂ ਸੀ, ਪਹਿਲੇ ਨੇ ਤੇ ਬੀਬੀਆਂ ਵੇਖ ਕੇ ਉਹਨੂੰ ਏਡਾ ਕਰੰਟ ਪਿਆ, ਉਹ ਕਹਿੰਦਾ ਮੈਂ ਤਾਂ ਨਹੀਂ ਬਹਿੰਦਾ ਵੀ, ਨਹੀਂ ਮੈਂ ਨਹੀਂ ਬਹਿਣਾ। ਭਾਈ ਰੰਗੀ ਰਾਮ ਸਾਹਿਬ ਨੂੰ ਜੇਦ ਕਰਕੇ ਵੀ ਤੁਸੀਂ ਇੱਕ ਜਾਣਾ ਤੇ ਬਹੁ, ਮੇਰੀ ਬੇਨਤੀ ਮੰਨੋ, ਮੇਰੀ ਸੇਵਾ ਪ੍ਰਵਾਨ ਕਰੋ। ਉਹ ਭਾਈ ਰੰਗੀ ਰਾਮ ਸਾਹਿਬ ਵਿਚਾਰੇ ਉਹ ਗਾਂ ਕਹਿੰਦੇ ਬੈਠੀ ਹੈ ਕਿੱਥੇ, ਉਹ ਬੀਬੀਆਂ ਪਾਸੇ ਹੋ ਕੇ ਕਹਿੰਦੀਆਂ ਭਾਈ ਸਾਹਿਬ ਸਾਡੇ ਲਾਗੇ ਬਹਿ ਜਾਓ। ਹੁਣ ਉਹ ਸੀ ਅਸਲੀ ਭਾਈ ਸਾਹਿਬ, ਅਸਲੀ ਗੁਰਸਿੱਖ ਸੀ ਭਾਈ ਰੰਗੀ ਰਾਮ। ਉਹ ਵਿਚਾਰਾ ਜਿੱਥੇ ਤਿੰਨ ਮਾਈਆਂ ਪਿੱਛੇ ਟਾਂਗੇ ਚ ਬੈਠੀਆਂ, ਚੌਥਾ ਨਾਲ ਉਹ ਬਹਿ ਗਏ, ਤੇ ਜਿਹੜਾ ਨਾਲ ਦਾ ਸਾਧ ਸੀ ਨਾ ਉਹਨੂੰ ਤੇ ਸਿਣ ਕੱਪੜੀ ਅੱਗ ਲੱਗ ਗਈ ਵੀ ਤੂੰ ਡੇਰੇ ਚੱਲ ਸਹੀ, ਨਾ ਤੇਰੀਆਂ ਲੱਤਾਂ ਤੁੜਾਈਆਂ ਨਾ ਅੱਜ, ਉਹ ਤੂੰ ਸਾਧ ਹੋ ਕੇ ਮਾਈਆਂ ਨਾਲ ਜੁੜ ਕੇ ਬਹਿੰਦਾ ਕਿੱਦਾਂ, ਗੋਡੇ ਨਾਲ ਗੋਡਾ ਜੋੜਿਆ ਤੇ ਗੱਲ ਵੀ ਠੀਕ ਹੈ, ਇਹ ਚ ਗੱਲ ਕੀ ਗਲਤ ਆ ਵੀ, ਸਾਧੂ ਨੂੰ ਤੇ ਫਿਰ ਨਿਰਲੇਪ ਹੀ ਰਹਿਣਾ ਚਾਹੀਦਾ। ਪਰ ਮਹਾਂਪੁਰਖ ਜਾਣਦੇ ਸੀ ਵੀ ਇਹ ਜਿਹੜੇ ਮਹਾਂਪੁਰਖ ਨੇ ਇਹ ਵਾਕਿਆ ਹੀ ਇਹਨਾਂ ਦੀ ਆਤਮਾ ਰੰਗੀ ਆ, ਇਹਨਾਂ ਦੇ ਕੋਈ ਇਹੋ ਜਿਹੀ ਗੱਲ ਨਹੀਂ ਆ, ਮਨ ਦੇ ਵਿੱਚ ਅਸਰ ਨਹੀਂ ਆ ਇਹੋ ਜਿਹਾ। ਪਰ ਸਾਧਾਰਨ ਤੌਰ ਤੇ 99.9% ਇਹੋ ਜਿਹੀਆਂ ਗੱਲਾਂ ਤੋਂ ਬਚਣਾ ਹੀ ਚਾਹੀਦਾ ਹੈ, ਪਰ ਉਹ 1% ਇਹੋ ਜਿਹੇ ਸੀ ਵਿਰਲੇ ਕਹੀ ਕੇ ਕੋਟਨ ਮੈਂ ਕੋ ਨਾਰਾਇਣ ਜੇ ਚੀਜ਼ ਕਰੋੜਾਂ ਚ ਕੋਈ ਇੱਕ। ਤਾਂ ਸੰਤਾਂ ਨੂੰ ਚੁੱਕਣ ਦੀ ਤਾਂ ਬੜੀ ਕੋਸ਼ਿਸ਼ ਕੀਤੀ, ਪਰ ਭਾਈ ਅੱਡਣ ਸਾਹਿਬ ਚੁੱਕ ਚ ਨਹੀਂ ਆਏ। ਉਹ ਕਹਿੰਦੇ ਚੱਲ ਆ ਲੈਣ ਦੇ ਪੁੱਛ ਲੈਂਦੇ, ਫਿਰ ਸਾਰਾ ਡੇਰਾ ਇਕੱਠਾ ਹੋ ਗਿਆ, ਸਾਰੇ ਸਾਧੂ ਇਕੱਠੇ ਹੋ ਗਏ। ਇਹ ਸਾਧੂ ਪਤਾ ਕਿਹੜੇ ਸੀ? ਸੇਵਾ ਪੰਥੀ, ਜਿਹੜੇ ਵਾਣ ਦੀਆਂ ਰੱਸੀਆਂ ਵੱਟ ਕੇ ਵੇਚਦੇ ਸੀ ਤੇ ਉਹਦੀ ਰੋਟੀ ਖਾਂਦੇ ਸੀ। ਇੱਦਾਂ ਦੇ ਫੱਕਰ ਹੋਏ ਆ, ਇਹ ਚੜਾਵੇ ਦੀ ਰੋਟੀ ਨਹੀਂ ਸੀ ਖਾਂਦੇ, ਐਵੇਂ ਭੁਲੇਖੇ ਚ ਨਾ ਸਮਝ ਲਿਓ ਵੀ ਸਾਧ ਸਾਧ ਕਰੀ ਜਾਂਦਾ, ਡੇਰਾ ਡੇਰਾ ਕਰੀ ਜਾਂਦਾ। ਇਹ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਭਾਈ ਘਨੱਈਏ ਦੀ ਮਿਸ਼ਨ ਦੇ ਸਿੱਖ ਹੋਏ ਨੇ, ਜਿਹੜੇ ਰੱਸੀਆਂ ਵੱਟ ਕੇ ਨਾ ਵਾਣ ਦੀਆਂ ਮੁੰਜ ਦੀਆਂ ਵੱਟ ਕੇ ਤੇ ਉੱਤੇ ਰੇਟ ਲਿਖ ਦਿੰਦੇ ਸੀ
ਜਿੰਨਾ ਜਾਇਜ਼ ਆ ਤੇ ਬੋਲਣਾ ਵੀ ਨਹੀਂ ਜਦੋਂ ਵੇਚਣੀਆਂ। ਜੇ ਤੈਨੂੰ ਪਸੰਦ ਆ ਤੇ ਪੈਸੇ ਰੱਖ ਕੇ ਲੈ ਜਾ, ਬੋਲਣ ਲੱਗਿਆ ਵੀ ਟਾਈਮ ਵੇਸਟ ਹੁੰਦਾ। ਜਿੱਦਣਾ ਨਹੀਂ ਕਿਸੇ ਨਾਲ, ਨਾਮ ਜਪਦੇ ਰਹਿਣਾ ਵੇਚਣ ਵਾਲੇ ਨੇ, ਇਹੋ ਜੇ ਸਾਧੂ ਹੋਏ ਤਾਂ ਉਹ ਫਿਰ ਮਹਾਂਪੁਰਖ ਇਕੱਠੇ ਹੋਏ ਸਾਰੇ, ਕਹਿੰਦੇ ਦੱਸ ਬਈ ਬੀਬੀਆਂ ਨਾਲ ਬਹਿ ਕੇ ਆਇਆ ਟਾਂਗੇ ਚ ਕੌਣ ਸੀ? ਆ ਸੁਣਿਓ ਧਿਆਨ ਨਾਲ, ਸੰਤ ਪੁੱਛਦੇ ਕਿੰਨੀਆਂ ਬੈਠੀਆਂ ਸੀ? ਉਹ ਕਹਿੰਦਾ ਜੀ ਇੱਕ ਉਹ, ਇੱਕ ਦੂਜੀ ਉਹ, ਤੀਜੀ ਉਹ ਤੇ ਚੌਥੀ ਮੈਂ। ਜਦੋਂ ਆਖਿਆ ਨਾ ਚੌਥੀ ਮੈਂ, ਇਸਤਰੀਆਂ ਚ ਇਸਤਰੀ, ਪੁਰਖਾਂ ਚ ਪੁਰਖ, ਸੰਤਾਂ ਛਾਤੀ ਨੂੰ ਲਾਇਆ, ਕਹਿੰਦੇ ਸਾਧ ਹੋਣਾ ਤੇ ਏਦਾਂ ਦਾ ਹੋ ਜਿਹੜਾ ਬੀਬੀਆਂ ਚ ਜਾ ਕੇ ਉਹਦੇ ਮਨ ਚ ਦਵੈਸ਼ ਵਿਕਾਰ ਨਾ ਪੈਦਾ ਹੋਵੇ। ਉਹਨੇ ਆਖਿਆ ਚੌਥੀ ਮੈਂ ਬੈਠੀ ਸੀ, ਉਹਨੂੰ ਐਸੀ ਅਵਸਥਾ ਵਿੱਚ ਵਿਚਰਦਾ, ਇਹੋ ਜੇ ਮਹਾਂਪੁਰਖ ਸਾਧ ਸਕ। ਸੰਤਾਂ ਨੂੰ ਨਾ ਸਮਝਾਉਣ ਦਾ ਬੜਾ ਤਰੀਕਾ ਹੁੰਦਾ ਹੈ, ਇਹ ਸਾਰੀਆਂ ਬਰਕਤਾਂ ਨਾਮ ਵਿੱਚ ਆ। ਮੈਂ ਤਾਂ ਪਹਿਲਾ ਗੁਰੂ ਘਰ ਵੇਖਿਆ ਜਿੱਥੇ ਇੱਦਾਂ ਅਭਿਆਸ ਕੀਤਾ ਜਾਂਦਾ ਹੈ, ਚਾਲੀ ਮੁਕਤਿਆਂ ਦੀ ਯਾਦ ਵਿੱਚ ਨਹੀਂ ਤੇ ਗ੍ਰੰਥੀ ਨੂੰ ਕਹਿ ਦਿੰਦੇ ਤੂੰ ਕਰ ਲਈ ਤੇ ਸੰਗਤ ਕਰ ਲੈ, ਤੇ ਕਮੇਟੀ ਵਾਲਾ ਕੋਈ ਨਹੀਂ ਵੜਦਾ ਹੁੰਦਾ ਉੱਥੇ ਵੀ ਅਸੀਂ ਥੋੜ੍ਹੀ ਕਰਨਾ, ਗ੍ਰੰਥੀ ਕਰੀ ਜਾਂਦਾ। ਗ੍ਰੰਥੀ ਸਿੰਘ ਪਾਠ ਕਰੇ, ਗ੍ਰੰਥੀ ਸਿੰਘ ਹੀ ਸੁਖਮਣੀ ਸਾਹਿਬ ਕਰੇ, ਗ੍ਰੰਥੀ ਪ੍ਰਕਾਸ਼ ਕਰੇ ਤੇ ਆਪ ਪ੍ਰਧਾਨ ਬਣੇ ਹੁੰਦੇ, ਆਪ ਜਹੇਦਾਰ ਬਣੇ ਹੁੰਦੇ, ਕਰਨਾ ਕੱਖ ਨੇ। ਪਰ ਇਸ ਕਰਕੇ ਇਹ ਬੜਾ ਵੱਡਾ ਉਪਰਾਲਾ ਸਾਧ ਸੰਗਤ ਜੀ, ਜੇ ਕੋਈ ਕਾਲੀਯੁਗ ਦੇ ਵਿੱਚ ਸਾਧਨਾ ਤੇ ਮਹਾਰਾਜ ਕਹਿੰਦੇ ਜਾ ਗੌਰ ਨਾ ਜਾਹੇ ਮਹਾਤਮਾ, ਇੱਕ ਹੀ ਮਹਾਤਮਾ ਉਹ ਕੀ ਮਥੁਰਾ ਜਿਨ ਅੰਮ੍ਰਿਤ ਨਾਮ ਪੀਆ, ਤਿਨਕੇ ਦੁੱਖ ਕੋਟਕ ਦੂਰ ਗਏ। ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬ੍ਰਹਮ ਬੇਤੇ, ਬ੍ਰਹਮ ਨੇਸ਼ਟੀ, ਬ੍ਰਹਮ ਸਰੂਤਰੀ ਮਹਾਂਪੁਰਖ ਸਨ। ਉਹਨਾਂ ਨੂੰ ਵੀ ਬੜਾ ਤਰੀਕਾ ਸੀ, ਉਹ ਦੇਖਦੇ ਸੀ ਵੀ ਜਿਹੜਾ ਸਿੰਘ ਸਾਡੇ ਕੋਲੇ ਰਹਿੰਦਾ ਵਾ ਇਹਦੇ ਮਨ ਦੇ ਵਿੱਚੋਂ ਇਸਤਰੀ ਭਾਵ, ਪੁਰਖ ਭਾਵ ਨਿਕਲਦਾ ਕਿ ਨਹੀਂ ਨਿਕਲਦਾ, ਉਹ ਕੱਢਦੇ ਸੀ ਅਗਲੇ। ਇੱਕ ਗੁਰਮੁਖ ਪਿਆਰੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦੇ ਪਏ ਸੀ, ਸੰਤਾਂ ਦੇ ਮਨ ਦੇ ਵਿੱਚ ਆਈ ਵੀ ਆਹ ਦੇਖੋ ਹੁਣ ਤੁਸੀਂ ਦੇਗ ਵਰਤਾਉਣ ਵਾਲੇ ਨੂੰ ਵੀ ਕਿੱਡੀ ਵੱਡੀ ਸਿੱਖਿਆ, ਆਪਾਂ ਤੇ ਸਮਝਦੇ ਨਾ ਵੀ ਐਵੇਂ ਨਿੱਕਾ ਮੋਟਾ ਕੰਮ ਆ, ਜਿਹੜਾ ਮਰਜ਼ੀ ਵਰਤਾ ਲਓ ਚੁੱਕ ਕੇ। ਜਿਹੜਾ ਪ੍ਰਸ਼ਾਦ ਵਰਤਾਉਂਦਾ ਸੀ ਉਹ ਤੋਂ ਹੁਣ ਸਾਰਿਆਂ ਹੀ ਲੈਣਾ, ਮਾਈਆਂ ਭਾਈਆਂ ਸਾਰਿਆਂ ਹੀ ਆਉਣਾ, ਤੇ ਸੰਤ ਉਹਨਾਂ ਨੂੰ ਹੱਸ ਕੇ ਕਹਿਣ ਲੱਗੇ, ਹੁਣ ਉਸ ਗੁਰਮੁਖ ਪਿਆਰੇ ਮਹਾਂਪੁਰਖ ਨੂੰ ਕਹਿਣ ਲੱਗੇ ਵੀ ਉਹ ਜਿਹੜੀ ਬੀਬੀ ਆ ਨਾ ਉਹਨੇ ਪ੍ਰਸ਼ਾਦ ਨਹੀਂ ਲਿਆ। ਤਰੀਕਾ ਬੜਾ ਹੁੰਦਾ ਸੰਤਾਂ ਨੂੰ ਸਮਝਾਉਣ ਦਾ। ਉਹ ਜਿਹੜੇ ਗੁਰਮੁਖ ਪ੍ਰਸ਼ਾਦ ਵਰਤਾਉਂਦੇ ਪਏ ਸੀ ਉਹ ਕਹਿੰਦੇ ਸੰਤ ਜੀ ਉਹਨੇ ਬੀਬੀ ਨੇ ਪ੍ਰਸ਼ਾਦ ਲੈ ਲਿਆ। ਸੰਤ ਕਹਿੰਦੇ ਨਹੀਂ ਭੁਲੇਖਾ ਵਾ, ਉਸ ਬੀਬੀ ਨੇ ਪ੍ਰਸ਼ਾਦ ਨਹੀਂ ਲਿਆ। ਇਹ ਪਤਾ ਕੀ ਕਹਿੰਦੇ ਅੱਗਿਓ, ਕਹਿੰਦਾ ਜੀ ਮੈਂ ਚੰਗੀ ਤਰ੍ਹਾਂ ਵੇਖਿਆ ਉਹਨੇ ਲੈ ਲਿਆ, ਬਸ ਇੱਥੇ ਲੈ ਆਉਂਦਾ ਫਿਰ ਸੰਤਾਂ ਨੇ। ਤੇ ਮੇਰੇ ਖਿਆਲ ਨਾਲ ਕਹਿੰਦੇ ਉਹਨਾਂ ਸਾਰੀ ਉਮਰ ਕਿਸੇ ਨੂੰ ਗਾਲ ਨਹੀਂ ਸੀ ਕੱਢੀ, ਸਾਰੀ ਉਮਰ ਕਿਸੇ ਤੇ ਚਪੇੜ ਨਹੀਂ ਸੀ ਉਹਨਾਂ ਮਾਰੀ, ਨਿਗਾਹ ਦਾ ਉਹਨਾਂ ਦਾ ਡਰ ਸੀ। ਪਰ ਇਸ ਸਿੱਖ ਦੇ ਫਿਰ ਉਹਨਾਂ ਨੇ ਇੱਕ ਛੱਡੀ ਵੀ, ਚਪੇੜ ਛੱਡੀ ਇੱਕ,
ਕਹਿੰਦੇ ਅੱਛਾ ਤੈਨੂੰ ਤੂੰ ਚੰਗੀ ਤਰ੍ਹਾਂ ਵੇਖਿਆ ਵੀ ਉਹ ਪ੍ਰਸ਼ਾਦ ਲੈ ਗਈ ਆ, ਏਦਾਂ ਪ੍ਰਸ਼ਾਦ ਵਰਤਾਈ ਦਾ ਵਾ ਤੇਰੀ ਨਿਗਾਹ ਕਹਿੰਦੇ ਆ ਜਿਹੜੇ ਬੁੱਕ ਆ ਨਾ ਹੱਥ ਇਤੋਂ ਤਾਂ ਨਹੀਂ ਜਾਣੀ ਚਾਹੀਦੀ, ਕੋਈ ਆ ਜੇ ਕੋਈ ਲੈ ਜੇ ਐਵੇਂ ਥੋੜੀ ਆ, ਸਾਧ ਸੰਗਤ ਤੇ ਚੰਡ ਦਿੰਦੀ ਬੰਦੇ ਨੂੰ ਫੜ ਕੇ। ਤਾਂ ਐਸੇ ਮਹਾਂਪੁਰਖ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਏਦਾਂ ਦਾ ਕਿਹੜਾ ਵਾ ਵੀ ਜਿਹੜਾ ਤਪ ਵੀ ਕਰੇ ਤੇ ਨਗਰਾਂ ਚ ਰੋਟੀ ਮੰਗਣ ਜਾਵੇ ਤੇ ਮਨ ਉਹਦਾ ਮੈਲਾ ਨਾ ਹੋਵੇ। ਏਦਾਂ ਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਨਹੀਂ ਕੋਈ ਮਿਲ ਸਕਦਾ। ਕਿਮ ਨਹਿ ਤ੍ਰਿਆ ਕੋ ਪਿਖ ਹੈ ਤਿਆਗ ਕਰ ਜਾਂ ਤੇ ਗ੍ਰਹਿਸਥ ਵਿਖੇ ਪ੍ਰਭ ਪਾਏ। ਇਸਤਰੀ ਦਾ ਤਿਆਗ ਧਾਰਨ ਕਰਕੇ ਕਿਵੇਂ ਨਾ ਵੇਖੇਗਾ, ਆਪਣਾ ਟੱਬਰ ਛੱਡ ਆਇਆ ਹੁਣ ਲੋਕਾਂ ਦੀਆਂ ਇਸਤਰੀਆਂ ਦੇਖੇਗਾ। ਇਸ ਕਰਕੇ ਗ੍ਰਸਥ ਵਿੱਚ ਰਹਿ ਕੇ ਪ੍ਰਭੂ ਦੀ ਪ੍ਰਾਪਤੀ ਇਹ ਸਾਡਾ ਸਿੱਖਾਂ ਦਾ ਰਸਤਾ ਹੈ। ਨਿਜ ਤਨ ਤੇ ਸ਼੍ਰਮ ਕਰੈ ਖਾਟ ਤਨ ਬਹੁਰ ਬਾਂਟ ਕਰ ਭੋਜਨ ਖਾਏ। ਤਾਂ ਗ੍ਰਸਥ ਵਿੱਚ ਰਹਿ ਕੇ ਜੀਵਨ ਕਿੱਦਾਂ ਸਫਲਾ ਹੁੰਦਾ, ਸਿਰਫ ਵਿਆਹ ਕਰਾ ਲਿਆ ਤੇ ਜੀਵਨ ਸਫਲਾ ਹੋ ਗਿਆ, ਇਹ ਤੇ ਗੱਲ ਬਣਦੀ ਨੀ। ਜੇ ਕੱਲਾ ਵਿਆਹ ਦੇ ਨਾਲ ਹੀ ਜੀਵਨ ਸਫਲਾ ਹੁੰਦਾ ਤੇ ਮਹਾਰਾਜ ਕਿਉਂ ਕਹਿੰਦੇ ਬਈ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋ ਨਾ ਪਾਈਏ ਰਾਮ ਕੇ ਦਾਸ, ਇਹ ਵੀ ਤੇ ਕਿਹਾ ਨਾ, ਇਹ ਵੀ ਤੇ ਗੁਰੂ ਗ੍ਰੰਥ ਸਾਹਿਬ ਚ ਹੀ ਲਿਖਿਆ ਨਾ, ਇਹ ਕਿਉਂ ਨੀ ਪੜ੍ਹਦੇ। ਪਰ ਇੱਕ ਪੰਕਤੀ ਸਾਰੇ ਪੜ੍ਹ ਲੈਂਦੇ, ਭਾਈ ਗੁਰਦਾਸ ਸਾਹਿਬ ਦੀ ਸਕਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਪਰ ਦੂਸਰੇ ਬੰਨੇ ਇਹ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗ੍ਰਸਤੀ ਵਿਆਹ ਕਰਾਉਣ ਕਰਕੇ ਉੱਤਮ ਨਹੀਂ ਆ, ਗ੍ਰਸਤੀ ਕੋਲੇ ਤਿੰਨ ਚੀਜ਼ਾਂ ਹੋਣ ਤੇ ਪ੍ਰਵਾਨ ਆ, ਨਹੀਂ ਤੇ ਉਹ ਤੇ ਸਭ ਤੋਂ ਜ਼ਿਆਦਾ ਫਸਿਆ ਹੋਇਆ ਬੰਦਾ। ਉਹ ਕਿਹੜੀਆਂ ਤਿੰਨ ਚੀਜ਼ਾਂ? ਮਹਾਰਾਜ ਕਹਿੰਦੇ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਗ੍ਰਸਤੀ ਵਾਸਤੇ ਮਹਾਰਾਜ ਨੇ ਆਖਿਆ ਵੀ ਇੱਕ ਤੇ ਸੰਗਤ ਵਿੱਚ ਬਵੇ, ਦੂਸਰਾ ਗੁਰੂ ਦੀ ਮੱਤ ਤੇ ਚੱਲੇ, ਤੇ ਸੰਖੇਪ ਜੀ ਤਿੰਨ ਗੱਲਾਂ ਨਿਚੋੜ ਕੱਢਦਾ, ਨਾਮ ਦਾਨ ਤੇ ਇਸ਼ਨਾਨ, ਇਹ ਤਿੰਨ ਚੀਜ਼ਾਂ ਗ੍ਰਸਤੀ ਤੋਂ ਹੋਣ ਤੇ ਫਿਰ ਸਕਲ ਧਰਮ ਹੈ ਗ੍ਰਸਤ ਪ੍ਰਧਾਨ। ਤੇ ਜੇ ਇਹ ਤਿੰਨ ਚੀਜ਼ਾਂ ਗ੍ਰਸਤੀ ਕੋਲੇ ਨਹੀਂ ਆ ਤੇ ਫਿਰ ਉਹ ਬੰਦਾ ਫਸਿਆ ਹੋਇਆ ਦੁਨੀਆਂ ਚ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋ ਨਾ ਪਾਈਏ ਰਾਮ ਕੇ ਦਾਸ। ਇਸ ਕਰਕੇ ਮਹਾਰਾਜ ਕਹਿੰਦੇ ਵੀ ਗ੍ਰਸਤੀ ਕਿੱਦਾਂ ਜੀਵਨ ਸਫਲਾ ਕਰ ਸਕਦਾ ਹੈ? ਤਾਂ ਸ੍ਰੀ ਗੁਰੂ ਮਹਾਰਾਜ ਕਹਿੰਦੇ ਵੀ ਆਪਣੇ ਸਰੀਰ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਦੇ ਨਾਲ ਹੱਡ ਤੋੜ ਵੀ ਮਿਹਨਤ ਕਰਕੇ ਜਦੋਂ ਪੈਸਾ ਕਮਾਉਂਦਾ ਤੇ ਫਿਰ ਉਸ ਪੈਸੇ ਵਿੱਚੋਂ ਵਿਚਾਰਾ ਦਸਵਾਂ ਹਿੱਸਾ ਕੱਢ ਕੇ ਲੰਗਰ ਲਾਉਂਦਾ ਹੈ, ਇਹੋ ਜੀ ਕਮਾਈ ਅੱਗੇ ਜੋਗੀਆਂ ਦਾ ਜੋਗ ਵੀ ਸੁਭਾਅ ਵਾ। ਐਸੇ ਸਿੱਖ ਦੀ ਕਮਾਈ ਅੱਗੇ ਤਪੀਆਂ ਦਾ ਤਪ ਵੀ ਸੁਭਾਅ, ਜਿਹਨੇ ਇੰਨੀ ਮਿਹਨਤ ਕਰਕੇ ਹੱਡ ਤੋੜਵੀਂ ਮਿਹਨਤ 18-18 ਘੰਟੇ ਕੰਮ ਕਰਕੇ ਤੇ ਫਿਰ ਕੱਢ ਕੇ ਦਸਵੰਧ ਲਿਆ ਕੇ ਗੁਰਦੁਆਰੇ ਆਟਾ ਲਿਆਂਦਾ, ਦੇ ਲਿਆਂਦੀ ਚੌਲ ਲਿਆਂਦੇ ਘਿਓ, ਗਰੀਬ ਨੂੰ ਕੱਪੜਾ ਦਿੱਤਾ, ਭੁੱਖੇ ਨੂੰ ਰੋਟੀ ਦਿੱਤੀ, ਬਿਮਾਰ ਨੂੰ ਦਵਾਈ ਦਿੱਤੀ, ਜਦੋਂ ਏਦਾਂ ਉਹ ਦਸਵਾਂ ਹਿੱਸਾ ਫਿਰ ਗੁਰੂ ਦੇ ਨਾਂ ਤੇ ਖਰਚ ਕਰ ਦਿੰਦਾ ਹੈ।
ਆ ਮਹਾਰਾਜ ਕਹਿੰਦੇ ਇਹੋ ਜੇ ਗ੍ਰਿਸਤੀ ਅੱਗੇ ਤਪ ਵੀ ਕੁਝ ਨਹੀਂ, ਇਹੋ ਜੇ ਗ੍ਰਿਸਤੀ ਅੱਗੇ ਯੋਗ ਵੀ ਕੁਝ ਨਹੀਂ ਹੈ। ਬਿਨ ਹੰਕਾਰ ਕਰਹਿ ਸਤ ਸੰਗਤ, ਪੰਗਤ ਬੈਠ ਭਗਤ ਕਰ ਪਾਏ। ਫਿਰ ਇੱਕ ਗੱਲ ਨਾਲ ਇਹ ਵੀ ਯਾਦ ਰੱਖੇ ਵੀ ਬਿਨਾਂ ਹੰਕਾਰ ਤੋਂ ਸੰਗਤ ਕਰੇ, ਤੇ ਪੰਗਤ ਵਿੱਚ ਲੰਗਰ ਵਿੱਚ ਭਗਤੀ ਭਾਵਨਾ ਦੇ ਨਾਲ ਬਹਿ ਕੇ ਲੰਗਰ ਛਕੇ। ਸ਼੍ਰੀ ਪ੍ਰਭ ਕੀ ਇੱਕ ਸਰਨ ਬਿਨਾ ਆਵੇ, ਅਪਰ ਜਤਨ ਕੋ ਸਮੋ ਨਾ ਖਾਕਾਏ। ਇੱਕੋ ਇੱਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਕਾਲਯੁਗ ਦੇ ਵਿੱਚ ਹੋਰ ਕੋਈ ਯਤਨ ਨਹੀਂ ਹੈ, ਤੇ ਨਾ ਹੀ ਗ੍ਰਿਸਤੀ ਨੂੰ ਹੋਰ ਕੋਈ ਯਤਨ ਲਿਆਉਣਾ ਚਾਹੀਦਾ ਹੈ ਆਪਣੇ ਮਨ ਦੇ ਵਿੱਚ ਵੀ ਮੈਂ ਕਿਸੇ ਪੀਰ ਫਕੀਰ ਨੂੰ ਮਨਾ ਲਾਂ, ਮੈਂ ਜਾਦੂ ਕਰਾ ਲਾਂ, ਮੈਂ ਟੂਣਾ ਕਰਾ ਲਾਂ। ਇਹੋ ਜਿਹੇ ਸਾਰੇ ਯਤਨ ਤਿਆਗ ਕੇ ਸਿਰਫ ਇੱਕ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਰੇ, ਇੱਕ ਪਰਮਾਤਮਾ ਵਾਹਿਗੁਰੂ ਉੱਤੇ ਹੀ ਆਪਣਾ ਭਰੋਸਾ ਜਿਹੜਾ ਹੈ ਉਹ ਰੱਖੇ। ਗੁਰੂ ਕਾ ਪਿਆਰਾ, ਜਾਂ ਤੇ ਗ੍ਰਹਿਸਥ ਵਿਖੇ ਉਪਦੇਸ਼ਨ, ਕਰਤ ਕਿਰਤ ਹਰ ਨਹਿ ਵਿਸਰਾਈ। ਇਸ ਕਰਕੇ ਗ੍ਰਿਸਤ ਵਿੱਚ ਕਿਰਤ ਕਰਨ ਦਾ ਉਪਦੇਸ਼ ਕੀਤਾ ਮਹਾਰਾਜ ਨੇ, ਗ੍ਰਿਸਤੀ ਕਿਰਤ ਕਰੇ, ਵਾਹਿਗੁਰੂ ਦਾ ਸਤਿਗੁਰਾਂ ਦਾ ਉਪਦੇਸ਼ ਕਮਾਵੇ, ਤੇ ਗ੍ਰਿਸਤੀ ਕਿਰਤ ਕਰਦਾ ਹੋਇਆ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ ਕਰੇ। ਇਹਦੇ ਬਰਾਬਰ ਕਹਿੰਦੇ ਕੋਈ ਨਹੀਂ ਹੋ ਸਕਦਾ। ਦੋਹਰਾ ਆਏ ਸੋ ਗੁਰ ਕੀ ਪਾਏ ਕਰ, ਬੋਲਿਓ ਸਹ ਹੁਸੈਨ, ਸਭਾ ਵਿਖੇ ਸਭ ਹੀ ਸੁਨਹੇ, ਤਿਸ ਕੀ ਦਿਸ਼ ਦਰ ਦੈਨੈਨ। ਇੱਥੋਂ ਤੱਕ ਤਿੰਨ ਭਗਤਾਂ ਨੂੰ ਮਹਾਰਾਜ ਨੇ ਜਵਾਬ ਦਿੱਤਾ। ਸਭ ਤੋਂ ਪਹਿਲਾਂ ਭਗਤ ਕਾਨਾ, ਉਹ ਤਾਂ ਚਲੋ ਹੋਮੇ ਵਿੱਚ ਮਹਾਰਾਜ ਨਾਲ ਬੋਲ ਵਿਗਾੜ ਕੀਤਾ, ਤੇ ਉਹਦਾ ਕੀ ਹਸ਼ਰ ਅੱਗੇ ਹੋਵੇਗਾ ਉਹ ਆਵੇਗਾ ਇਤਿਹਾਸ ਚ। ਭਗਤ ਪੀਲੂ ਜੀ ਵੀ ਨਿਮਰਤਾ ਚ ਰਹੇ, ਜੋ ਮਹਾਰਾਜ ਨੇ ਅੱਗੇ ਉਪਦੇਸ਼ ਕੀਤਾ ਉਹਨਾਂ ਸਤ ਕਰਕੇ ਮੰਨਿਆ। ਔਰ ਫਿਰ ਸਾਧ ਸੰਗਤ ਜੀ, ਭਗਤ ਛੱਜੂ ਜੀ ਦਾ ਇਹ ਉਪਦੇਸ਼ ਸੀ ਜਿਹਨੂੰ ਮਹਾਰਾਜ ਨੇ ਅੱਗੇ ਗੁਰਮਤ ਦ੍ਰਿੜ ਕਰਾਈ। ਹੁਣ ਰਹਿ ਗਏ ਨੇ ਸ਼ਾਹ ਹੁਸੈਨ, ਉਹਨਾਂ ਨੂੰ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਤੁਸੀਂ ਆਪਣਾ ਕੋਈ ਸ਼ਬਦ ਉਚਾਰਨ ਕਰੋ ਜਿਹੜਾ ਤੁਸੀਂ ਲਿਖਾਉਣਾ ਚਾਹੁੰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਸਾਰੀ ਸੰਗਤ ਹੁਣ ਸ਼ਾਹ ਹੁਸੈਨ ਜੀ ਦੇ ਮੂੰਹ ਵੱਲ ਦੇਖ ਰਹੀ ਹੈ, ਤੇ ਉਹ ਸ਼ਬਦ ਉਚਾਰਨ ਕਰਦੇ ਹਨ। ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਕੀ ਕਹਿੰਦੇ ਨੇ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਚੁੱਪ ਹੋ ਜਾ। ਇਹ ਗੱਲ ਤੇ ਫਿਰ ਸਾਡੀ ਪਹਿਲੀ ਤੁਕ ਨਾ ਹੀ ਨਾ ਰਲੀ, ਪਹਿਲੀ ਪੌੜੀ ਨਾ ਹੀ ਨਾ ਰਲੀ, ਜਿਹਨੂੰ ਮਹਾਰਾਜ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ। ਇਹਦੇ ਪਹਿਲੀ ਪੌੜੀ ਤੇ ਖੜ ਨਾ ਸਕੀ ਤੇ ਗਾਂਹ ਕੀ ਬਣੇਗਾ ਕੰਮ। ਬੋਲਣ ਦੀ ਨਹੀਂ ਜਾਏ ਵੇ ਅੜਿਆ, ਬੋਲਣ ਦਾ ਥਾਂ ਨਹੀਂ, ਪਰ ਸਤਿਗੁਰੂ ਦਾ ਸਿਧਾਂਤ ਕੀ ਆ, ਗੁਰੂ ਦਾ ਸਿਧਾਂਤ ਨਾ ਬੜਾ ਕਮਾਲ ਦਾ। ਜਿਵੇਂ ਇੱਕ ਸ਼ਾਇਦ ਰਹੀਮ ਕਵੀ ਜੀ ਦਾ ਹੈ, ਅਤਕਾ ਭਲਾ ਨਾ ਬੋਲਣਾ,
ਅੱਤ ਕਾ ਭਲਾ ਨਾ ਚੁੱਪ, ਅੱਤ ਕਾ ਭਲਾ ਨਾ ਬਰਸਣਾ, ਅੱਤ ਕਾ ਭਲਾ ਨਾ ਧੁੱਪ। ਜਿਹੜਾ ਲੋੜ ਤੋਂ ਵੱਧ ਬੋਲਣਾ ਉਹ ਮਾੜਾ, ਤੇ ਜਿਹੜਾ ਲੋੜ ਤੋਂ ਵੱਧ ਚੁੱਪ ਰਹਿਣਾ ਇਹ ਵੀ ਮਾੜਾ। ਜਿੱਥੇ ਲੋੜ ਉੱਥੇ ਬੋਲ। ਸਤਿਗੁਰੂ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਤੇ ਜੇ ਬਹੁਤਾ ਹੀ ਬੋਲੀ ਜਾਂਦਾ, ਮਹਾਰਾਜ ਕਹਿੰਦੇ ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਤੇ ਜੇ ਅੱਗੇ ਜਾ ਕੇ ਦੇਖੀਏ ਤਾਂ ਜਿੱਥੇ ਜ਼ੁਲਮ ਹੁੰਦਾ ਉੱਥੇ ਬੋਲ, ਜਿੱਥੇ ਵਿਤਕਰਾ ਹੁੰਦਾ ਉੱਥੇ ਬੋਲ। ਤੇ ਜ਼ੁਲਮ ਹੁੰਦਾ ਹੋਵੇ, ਵਿਤਕਰਾ ਹੁੰਦਾ ਹੋਵੇ, ਕਿਸੇ ਅਵਲਾ ਤੇ ਹੱਥ ਪੈਂਦਾ ਹੋਵੇ ਤੇ ਤੂੰ ਬੋਲੇ ਹੀ ਨਾ ਵੀ ਮੈਂ ਤੇ ਮੌਨ ਧਾਰਿਆ। ਇਹੋ ਜਿਹਾ ਸਿੱਖ ਤੇ ਨੀ ਮਹਾਰਾਜ ਨੇ ਬਣਾਇਆ। ਇਹੋ ਜੇ ਸਿੱਖ ਦੀ ਗੱਲ ਤੇ ਸੱਚੇ ਪਾਤਸ਼ਾਹ ਕਰਦੇ ਹੀ ਨਹੀਂ ਫਿਰ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਬੋਲ ਸੋ ਧਰਮ ਹੀ ਅੜਿਆ, ਮੌਨ ਕਤ ਧਾਰੀ ਰਾਮ। ਜੇ ਧਰਮੀ ਆ ਤੇ ਬੋਲ ਫਿਰ ਸੱਚ, ਸੱਚ ਤੇ ਪਹਿਰਾ ਦੇ। ਇੱਕ ਜਗ੍ਹਾ ਬਾਣੀ ਕਹਿੰਦੀ ਆ ਵੀ ਸੰਤ ਕੌਣ ਆ, ਕਹਿੰਦੇ ਜਿਹੜਾ ਸੱਚ ਬੋਲੇ ਉਹ ਵੀ ਸੰਤ ਹੀ ਹੈ। ਸੰਤ ਕੌਣ? ਜਿਹੜਾ ਸੱਚ ਬੋਲੇ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਹੈ ਜੋ ਪਿੱਖ ਹੈ ਆਖੀ। ਸੰਤ ਉਹ ਆ ਜਿਹੜਾ ਅੱਖਾਂ ਨਾਲ ਵੇਖ ਕੇ ਫਿਰ ਬੋਲੇਗਾ ਜੇ ਉਹਦੇ ਸਾਹਮਣੇ ਜ਼ੁਲਮ ਹੁੰਦਾ। ਇਹ ਸੰਤ ਦੀ ਵਿਆਖਿਆ। ਇਸ ਕਰਕੇ ਮਹਾਰਾਜ ਜੀ ਨੂੰ ਭਗਤ ਸ਼ਾਹ ਹੁਸੈਨ ਜੀ ਦਾ ਵੀ ਉਪਦੇਸ਼ ਗੁਰਮਤ ਅਨੁਸਾਰ ਨਹੀਂ ਠੀਕ ਲੱਗਾ। ਕਿਉਂ? ਗੁਰਮਤ ਨਾ ਮੱਧਮ ਮਾਰਗ ਆ, ਮੱਧਮ ਮਾਰਗ। ਜਿਵੇਂ ਇੱਕ ਸਾਗੀ ਤੁਸੀਂ ਸੁਣੀ ਹੋਊਗੀ, ਬੜੀ ਕਮਾਲ ਦੀ ਆ। ਮਹਾਤਮਾ ਬੁੱਧ ਨੂੰ ਆਣ ਕੇ ਕਿਸੇ ਦੇ ਆਖਿਆ ਵੀ ਮਹਾਰਾਜ ਸ਼ੁੰਨ ਦੀ ਪ੍ਰਾਪਤੀ ਕਿਹਨੂੰ ਹੋਵੇਗੀ? ਅੰਤਰ ਸੁਣੰਗ ਬਾਹਰ ਸੁਣੰਗ। ਵੈਸੇ ਇਹਨਾਂ ਦਾ ਸੁਣ ਹੋਰ ਆ, ਚਲੋ ਆਪਾਂ ਪੰਕਤੀ ਲਾ ਲੈਂਦੇ। ਅੰਤਰ ਸੁਣੰਗ ਬਾਹਰ ਸੁਣੰਗ, ਤ੍ਰਿਭਵਨ ਸੁਣੰਗ ਸੁਣੰਗ, ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਇਹਨਾਂ ਦਾ ਸੁਣ ਹੋਰ ਆ। ਜਿਹੜਾ ਬਹੁਤ ਤਪ ਕਰਦਾ ਉਹਨੂੰ ਪ੍ਰਾਪਤ ਹੋਊਗੀ? ਕਹਿੰਦੇ ਨਹੀਂ, ਇੱਕ ਬਿਲਕੁਲ ਹੀ ਮੇਰੇ ਵਰਗਾ ਸੁੱਤਾ ਹੀ ਰਹੇ ਇਹਨੂੰ ਹੋਵੇਗੀ ਫਿਰ? ਕਹਿੰਦੇ ਨਹੀਂ। ਕਹਿੰਦਾ ਹੋਊਗੀ ਕਿਹਨੂੰ? ਉੱਥੇ ਨਾ ਸਰੰਗੀ ਸੀ, ਸਰੰਗੀ। ਉਹ ਕਹਿੰਦਾ ਸਰੰਗੀ ਲਿਆ ਮੇਰੇ ਕੋਲ। ਉਹ ਕਹਿੰਦਾ ਜੇ ਮੈਂ ਤਾਰਾਂ ਬਿਲਕੁਲ ਕੱਸਦਾ ਫੇਰ, ਕਹਿੰਦੇ ਜੀ ਟੁੱਟ ਜਾਣਗੀਆਂ, ਸੰਗੀਤ ਨਹੀਂ ਪੈਦਾ ਹੋ। ਤੇ ਜੇ ਮੈਂ ਬਿਲਕੁਲ ਹੀ ਢਿੱਲੀਆਂ ਛੱਡਦਾ ਫੇਰ, ਫਿਰ ਵੀ ਨਹੀਂ ਪੈਦਾ ਹੋਣਾ, ਤੇ ਫਿਰ ਸੰਗੀਤ ਨੂੰ ਕੌਣ ਪੈਦਾ ਕਰੂਗਾ? ਕਹਿੰਦਾ ਨਾ ਬਹੁਤੀਆਂ ਕੱਸੀਆਂ, ਆ ਢਾਡੀ ਸਿੰਘ ਆਉਣਗੇ ਤਾਂ ਨਾ ਬਹੁਤੀਆਂ ਢਿੱਲੀਆਂ। ਇਸੇ ਤਰ੍ਹਾਂ ਜਿਹੜਾ ਬਹੁਤਾ ਹੀ ਸਰੀਰ ਨੂੰ ਦੁੱਖ ਦੇਵੇ ਰੱਬ ਉਹਨੂੰ ਵੀ ਨਹੀਂ ਮਿਲਦਾ, ਤੇ ਜਿਹੜਾ ਬਿਲਕੁਲ ਆਲਸੀ ਉਹਨੂੰ ਵੀ ਨਹੀਂ ਮਿਲਦਾ। ਫਿਰ ਮਿਲਦਾ ਕਿਹਨੂੰ ਆ? ਸਤਿਗੁਰੂ ਕਹਿੰਦੇ, ਭਾਈ ਗੁਰਦਾਸ ਵੀ ਕਹਿੰਦੇ, ਥੋੜਾ ਸਵੈ ਥੋੜਾ ਹੀ ਖਾਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਇਬੋ ਹੋਵੈਬੋ ਤ੍ਰਿਗੁਣ ਅਤੀਤ। ਇਹ ਮਾਰਗ ਆ ਸਿੱਖ ਮਾਰਗ। ਬਹੁਤਾ ਵੀ ਨਹੀਂ ਖਾਣਾ, ਬਿਲਕੁਲ ਵੀ ਨਹੀਂ ਘੱਟ ਖਾਣਾ। ਬਹੁਤਾ ਵੀ ਨਹੀਂ ਸੋਣਾ, ਬਿਲਕੁਲ ਘੱਟ ਵੀ ਨਹੀਂ ਸੋਣਾ।
ਬਹੁਤਾ ਵੀ ਨਹੀਂ ਤਾਪ ਕਰਨਾ, ਬਿਲਕੁਲ ਘੱਟ ਵੀ ਨਹੀਂ ਕਰਨਾ, ਵੀ ਨਿਤਨੇਮ ਨਹੀਂ ਕਰਨਾ, ਛੱਡ ਦੋ। ਤਾਂ ਇਸ ਮਾਰਗ ਤੇ ਜਿਹੜਾ ਚੱਲੇਗਾ ਉਹਨੂੰ ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਜਾਵੇਗੀ। ਸੱਜਣਾ ਬੋਲਣ ਦੀ ਜਾਏ ਨਾਹੀ, ਇਸ ਕਰਕੇ ਸ਼ਾਹ ਹੁਸੈਨ ਦਾ ਸ਼ਬਦ ਚੱਲਦਾ ਪਿਆ ਵੀ ਬੋਲਣ ਦੀ ਥਾਂ ਨਹੀਂ, ਚੁੱਪ ਰਹਿ। ਗੱਲ ਤਾਂ ਉਹਨਾਂ ਦੀ ਕਮਾਲ ਦੀ ਕੀਤੀ, ਪਰ ਕੱਲ ਨੂੰ ਹੁਣ ਆਪਾਂ ਵਿਆਖਿਆ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਭੁੱਲ ਚੁੱਕ ਦੀ ਖਿਮਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਨਾਮ ਅਭਿਆਸ ਦੇ ਵਿੱਚ ਹਾਜ਼ਰੀ ਭਰੋ। ਆਓ ਹੁਣ ਸਮਾਪਤੀ ਕਰੀਏ। ਲੇਖਿਆ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।